ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਟੌਪਿਕ ਹੈ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਨਾ ਉਹ ਇਹ ਹੈ ਵੀ ਜੀਵਨ ਦੇ ਅੰਦਰ ਅੰਦਰ ਦਾ ਸੁੱਖ ਮਨ ਦਾ ਸੁੱਖ ਸਾਨੂੰ ਕਿਉਂ ਨਹੀਂ ਮਿਲ ਰਿਹਾ ਜਿਹੜਾ ਮਨ ਦਾ ਸੁੱਖ ਹੈ ਉਹਦੀ ਵੀ ਇੱਕ ਵਿਗਿਆਨ ਹੈ ਤੇ ਜਿਹੜਾ ਧਨ ਦਾ ਸੁੱਖ ਹੈ ਉਹਦੀ ਵੀ ਇੱਕ ਵਿਗਿਆਨ ਹੈ ਜਿਹੜਾ ਅੰਦਰ ਦਾ ਸੁੱਖ ਏ ਅੰਦਰ ਦੀ ਸ਼ਾਂਤੀ ਏ ਉਹਦਾ ਕਿਸੇ ਦੇਸ਼ ਦੇ ਨਾਲ ਮਜ਼ਬ ਦੇ ਨਾਲ ਪਹਿਰਾਵੇ ਦੇ ਨਾਲ ਜਾਤ ਦੇ ਨਾਲ ਕੌਮ ਦੇ ਨਾਲ ਕੋਈ ਲੈਣਦੇ ਨਹੀਂ ਹੈ ਕੋਈ ਵਾਸਤਾ ਨਹੀਂ ਹੈ ਕੱਦ ਕਿੰਨਾ ਵੱਡਾ ਏ ਕੱਦ ਕਿੰਨਾ ਛੋਟਾ ਏ ਚਮੜੀ ਦਾ ਰੰਗ ਕਿਸ ਤਰ੍ਹਾਂ ਦਾ ਏ ਨਕਸ਼ੋ ਨਗਾਰ ਕਿਸ ਤਰ੍ਹਾਂ ਦੇ ਨੇ ਉਹ ਅਮੀਰ ਕਿੰਨਾ ਏ ਉਹ ਗਰੀਬ ਕਿੰਨਾ ਏ ਉਹ ਕਿੱਥੇ ਜਨਮਿਆ ਕਿੱਥੇ ਰਹਿੰਦਾ ਏ ਉਹ ਕਿਹੜੀ ਜਾਤ ਨਾਲ ਸਬੰਧ ਰੱਖਦਾ ਏ ਕਿਹੜੇ ਮੁਲਕ ਨਾਲ ਸਬੰਧ ਰੱਖਦਾ ਏ ਕੀ ਉਹਦੇ ਕੋਲ ਹੈ ਕਿ ਨਹੀਂ ਸਭ ਗੱਲਾਂ ਪਿੱਛੇ ਨੇ ਅੰਦਰ ਦਾ ਸੁੱਖ ਅੰਦਰ ਦੀ ਸ਼ਾਂਤੀ ਇੱਕ ਹੋਰ ਵਿਗਿਆਨ ਦੀ ਮੰਗ ਕਰਦੇ ਨੇ ਅੱਗੇ ਮੈਂ ਗੱਲਾਂ ਆਣ ਕੇ ਤੁਹਾਡੇ ਸਾਹਮਣੇ ਕਰਾਂਗਾ ਖੈਰ ਜਿਸ ਤਰ੍ਹਾਂ ਵਿਗਿਆਨ ਬਾਹਰ ਦੀ ਤਰੱਕੀ ਹੈ ਧਰਮ ਅੰਦਰ ਦੀ ਤਰੱਕੀ ਹੈ ਜਿਹੜੀ ਵਿਗਿਆਨ ਹੈ ਨਾ ਉਹ ਬਾਹਰ ਦੀ ਤਰੱਕੀ ਹੈ ਤੇ ਜਿਹੜਾ ਧਰਮ ਹੈ ਨਾ ਉਹ ਅੰਦਰ ਦੀ ਤਰੱਕੀ ਹੈ ਹੁਣ ਬੜੇ ਧਿਆਨ ਨਾਲ ਇਸ ਨੁਕਤੇ ਨੂੰ ਸਮਝ ਲਿਓ ਸਮਾਜ ਵਿਗਿਆਨ ਤੋਂ ਬਿਨਾ ਬਾਰੋਂ ਜਿੰਦਾ ਰਹਿਣਾ ਬੜਾ ਮੁਸ਼ਕਲ ਹੈ ਬਹੁਤ ਸਾਰੇ ਸੁੱਖ ਦੇ ਸਾਧਨ ਨੇ ਜਿਹੜੇ ਵਿਗਿਆਨ ਨੇ ਸਾਡੀ ਝੋਲੀ ਦੇ ਅੰਦਰ ਪਾਏ ਨੇ ਮੈਂ ਪਹਿਲਾਂ ਵਿਗਿਆਨ ਦੇ ਬਾਰੇ ਦੋ ਗੱਲਾਂ ਕਰ ਲਵਾਂ ਜਿੰਨੇ ਸਾਡੇ ਘਰਾਂ ਦੇ ਅੰਦਰ ਸਾਡੇ ਬਾਹਰ ਬਾਜ਼ਾਰ ਦੇ ਅੰਦਰ ਆਫਿਸ ਦੇ ਅੰਦਰ ਸੱਜੇ ਖੱਬੇ ਵਰਤੋਂ ਵਰਤਾਵ ਵਾਲਾ ਸਾਜੋ ਸਮਾਨ ਹੈ ਅਸੀਂ ਖਾ ਰਹੇ ਹਾਂ ਹੰਡਾ ਰਹੇ ਹਾਂ ਵਰਤ ਰਹੇ ਹਾਂ ਬਹਿ ਰਹੇ ਹਾਂ ਚੱਲ ਰਹੇ ਹਾਂ ਉਹਦੇ ਵਿੱਚ ਹਰ ਜਗ੍ਹਾ ਦੇ ਉੱਤੇ ਵਿਗਿਆਨ ਸਾਡੇ ਮੋਢੇ ਦੇ ਨਾਲ ਮੋਢਾ ਮਲਾ ਕੇ ਖੜੀ ਹੋਈ ਸਾਨੂੰ ਮਿਲਦੀ ਹੈ ਮੈਨੂੰ ਇਸ ਤਰ੍ਹਾਂ ਕਿਹਨਾ ਹੋਣਾ ਵੀ ਵਿਗਿਆਨ ਬੇਸਹਾਰਾ ਵਿਗਿਆਨ ਬੇਸਹਾਰਾ ਲੋਕਾਂ ਦਾ ਸਹਾਰਾ ਏ ਲੰਗੜਿਆਂ ਲਈ ਲਿੰਡਗੋਰੀ ਏ ਅੰਨਿਆਂ ਲਈ ਅੱਖੇ ਮੈਂ ਇਦਾਂ ਕਿਹਨਾ ਹੋਣਾ ਅਗਰ ਵਿਗਿਆਨ ਨਾ ਹੋਵੇ ਬੰਦਾ ਅੰਨਾ ਵੀ ਏ ਬੰਦਾ ਲੰਗੜਾ ਵੀ ਏ ਬੰਦਾ ਅਧੂਰਾ ਵੀ ਏ ਔਰ ਹਰ ਐਂਗਲ ਤੋਂ ਅਧੂਰਾ ਹੈ ਬਿਮਾਰਾਂ ਵਾਲਾ ਜੀਵਨ ਹੈ ਅਗਰ ਤੁਹਾਡੇ ਕੋਲ ਵਿਗਿਆਨ ਨਹੀਂ ਹੋਏਗੀ ਵਿਗਿਆਨ ਤੋਂ ਬਿਨਾ ਜੀਵਨ ਗੁਜ਼ਾਰੋਗੇ ਪਰ ਜੀਵਨ ਨਿਰ ਬਿਮਾਰਾਂ ਵਾਲਾ ਗੁਜ਼ਾਰੋਗੇ ਆਦੀਵਾਸੀਆਂ ਵਾਲੀ ਜ਼ਿੰਦਗੀ ਤੁਹਾਡੀ ਬਣ ਕੇ ਰਹੇਗੀ ਅਗਰ ਵਿਗਿਆਨ ਨੂੰ ਛੱਡ ਕੇ ਅੱਗੇ ਨਿਕਲਣਾ ਚਾਹੋਗੇ ਨਿਕਲ ਸਕਦੇ ਨਹੀਂ ਜਿੰਨਾ ਮਰਜੀ ਕੋਈ ਵਿਗਿਆਨ ਦੀ ਭੰਡੀ ਕਰੇ ਵਿਗਿਆਨ ਦੀ ਨਖੇਦੀ ਕਰੇ ਵਿਗਿਆਨ ਤੋਂ ਬਿਨਾ ਤੁਹਾਡਾ ਗੁਜ਼ਾਰਾ ਹੀ ਨਹੀਂ ਹੈ ਬਿਲਕੁਲ ਵੀ ਗੁਜ਼ਾਰਾ ਨਹੀਂ ਇੱਕ ਪੈਸਾ ਵੀ ਗੁਜ਼ਾਰਾ ਨਹੀਂ ਵਿਗਿਆਨ ਹਰ ਕਦਮ ਦੇ ਉੱਤੇ ਤੁਹਾਡੇ ਨਾਲ ਖਲੋਤੀ ਹੈ ਔਰ ਐਵੇਂ ਨਹੀਂ ਖਲੋਤੀ ਖਾਲੀ ਗੱਲਾਂ ਕਰਕੇ ਨਹੀਂ ਖਲੋਤੇ ਵੀ ਕੋਈ ਗੱਲ ਨਹੀਂ ਘਬਰਾਣਾ ਮੈਂ ਤੇਰੇ ਨਾਲ ਹਾਂ ਸਹਾਰਾ ਬਣ ਕੇ ਖਲੋਤੀ ਹਰ ਜਗ੍ਹਾ ਦੇ ਉੱਤੇ ਖਲੋਤੀ ਤੁਹਾਡਾ ਜੀਵਨ ਪਸ਼ੂਆਂ ਦੇ ਤੋਲ ਹੋ ਜਾਏਗਾ ਅਗਰ ਵਿਗਿਆਨ ਤੋਂ ਬਿਨਾ ਆਪਣੇ ਜੀਵਨ ਨੂੰ ਚਲਾਉਣ ਦੀ ਕੋਸ਼ਿਸ਼ ਕਰੋਗੇ ਕਿਦਰੇ ਕਰਕੇ ਵੇਖ ਲਿਓ ਹੁਣ ਇਸ ਤੋਂ ਬਾਅਦ ਮੈਂ ਗੱਲ ਕਰਦਾ ਅੰਦਰ ਦੇ ਵਿਗਿਆਨ ਦੀ ਏਸੀ ਸਾਰਾ ਬਾਰੀ ਵਿਗਿਆਨ ਮੋਟਰ ਮਿਲੀ ਕਾਰ ਮਿਲੀ ਘਰ ਮਿਲਿਆ ਕੱਪੜਾ ਮਿਲਿਆ ਫੋਨ ਮਿਲਿਆ ਨੈਟ ਮਿਲਿਆ ਸੁਖ ਦੇ ਸਾਧਨ ਮਿਲੇ ਕੰਪਿਊਟਰ ਮਿਲਿਆ ਜੋ ਕੁਝ ਮਿਲਿਆ ਕਿ ਸਾਡੀ ਝੋਲੀ ਦੇ ਅੰਦਰ ਵਿਗਿਆਨੀਆਂ ਨੇ ਪਾਇਆ ਹੈ ਪਖੰਡੀ ਲੋਟੂ ਬਾਬਿਆਂ ਨੇ ਨਹੀਂ ਪਾਇਆ ਵਿਗਿਆਨ ਨੇ ਪਾਇਆ ਹੁਣ ਮੈਂ ਗੱਲ ਕਰਦਾ ਜਿਹੜੀ ਅੰਦਰ ਦੀ ਵਿਗਿਆਨ ਇਹਨਾਂ ਉਹ ਵੇ ਧਰਮ ਆ ਤੇ ਧਰਮ ਦੇ ਸਬੰਧ ਵਿੱਚ ਬੜੇ ਸੁਚੇਤ ਹੋ ਕੇ ਸਮਝਣ ਵਾਲੀ ਗੱਲ ਹੈ ਧਰਮ ਨੂੰ ਨਹੀਂ ਕਹਿੰਦੇ ਜਿਹੜਾ ਬਾਰੀ ਵਿਖਾਵੇ ਦਾ ਨਾਮ ਹੈ ਭਾਵੇਂ ਉਹ Hindu ਧਰਮ ਹੋਵੇ ਇਸਲਾਮ ਹੋਵੇ ਸਿੱਖ ਹੋਵੇ ਜਿਹੜਾ ਬਾਰੀ ਪਹਿਰਾਵੇ ਬਾਰੀ ਵਿਖਾਵੇ ਉਹਦਾ ਨਾਮ ਧਰਮ ਨਹੀਂ ਹੈ ਵਖਾਵੇ ਵਾਲਿਆਂ ਦਾ ਰੋਲਾ ਰੱਪਾ ਬੜਾ ਹੈ ਵਖਾਵਾ ਬੜਾ ਦਿਸਦਾ ਹੈ ਹਰ ਧਰਮ ਦੇ ਅੰਦਰ ਦਿਸਦਾ ਹੈ ਹਰ ਜਗ੍ਹਾ ਦੇ ਉੱਤੇ ਦਿਸਦਾ ਹੈ ਪਰ ਹਕੀਕਤ ਦੇ ਅੰਦਰ ਧਰਮ ਲੱਭਣ ਵਾਸਤੇ ਨਿਕਲੋ ਤੇ ਉਹ ਨਜ਼ਰ ਨਹੀਂ ਆਉਂਦਾ ਅੰਦਰ ਦਾ ਧਰਮ ਕੀ ਅੰਦਰ ਦੀ ਵਿਗਿਆਨ ਕੀ ਇਹ ਅੰਦਰ ਸੋ ਕਿਵੇਂ ਬਣਦਾ ਹੈ ਸਹਿਜ ਹੋਵੇ ਸ਼ਾਂਤੀ ਹੋਵੇ ਈਰਖਾ ਨਾ ਹੋਵੇ ਕਾਮ ਦਾ ਵਧਿਆ ਹੋਇਆ ਵੇਗ ਨਾ ਹੋਵੇ ਕ੍ਰੋਧ ਇੱਕ ਲਿਮਿਟ ਦੇ ਅੰਦਰ ਸੀਮਾ ਦੇ ਅੰਦਰ ਰਹਿ ਕੇ ਚੱਲਦਾ ਹੋਵੇ ਚੁਗਲੀ ਨਾ ਹੋਵੇ ਜੈਲਸੀ ਨਾ ਹੋਵੇ ਨਿੰਦਾ ਨਾ ਹੋਵੇ ਇਹ ਸਾਰੀਆਂ ਚੀਜ਼ਾਂ ਕਿੱਥੋਂ ਮਿਲਦੀਆਂ ਨੇ ਧਰਮ ਵਿੱਚੋਂ ਅਗਰ ਤੁਸੀਂ ਆਪਣੇ ਉੱਤੇ ਠੱਪਾ ਲਾ ਬੈਠੇ ਹੋ ਕਿ ਮੈਂ ਧਰਮੀ ਹਾਂ ਚੁਗਲੀ ਵੀ ਨਿੰਦਾ ਵੀ ਈਰਖਾ ਵੀ ਬਖੀਲੀ ਵੀ ਦੁਸ਼ਵਭਾਵਨਾ ਵੀ ਬੇਈਮਾਨੀ ਵੀ ਠੱਗੀ ਵੀ ਥੋਰੀ ਵੀ ਸਾਰੀਆਂ ਬੁਰਾਈਆਂ ਅੰਦਰ ਨੇ ਤੇ ਜਿੰਨਾ ਮਰਜ਼ੀ ਵੱਡਾ ਲੈਵਲ ਲਾਓ ਜਿੰਨਾ ਮਰਜੀ ਵੱਡਾ ਲੈਵਲ ਵੇਖ ਕੇ ਤੁਹਾਨੂੰ ਲੋਕ ਚੰਗਾ ਸਮਝਣ ਭਾਵੇਂ ਉਹ ਸਾਦੀ ਸਮਝਣ ਪਰ ਤੁਸੀਂ ਧਰਮੀ ਨਹੀਂ ਉਹ ਧਰਮੀ ਹੁੰਦਾ ਪਰਮਪਾਲ ਰਿਹਾ ਧਰਮੀ ਹੁੰਦਾ ਭੁਲੇਖਾ ਪਾਲ ਰਿਹਾ ਧਰਮੀ ਹੋਵੇ ਜਿਹਦੇ ਅੰਦਰ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤੇ ਉਹਦੀ ਨਿਸ਼ਾਨੀ ਕੀ ਹੈ ਜਿਵੇਂ ਤੁਹਾਡੇ ਕੋਲ ਵਿਗਿਆਨ ਦੇ ਸਾਧਨ ਹੋਣ ਪਤਾ ਲੱਗਦਾ ਇਹ ਬੰਦਾ ਅਮੀਰ ਏ ਦੇ ਕੋਲ ਨੈਟ ਏ ਚੰਗਾ ਫੋਨ ਏ ਚੰਗੀ ਕਾਰ ਏ ਚੰਗਾ ਘਰ ਦੇ ਅੰਦਰ ਏ ਸੀ ਏ ਇਹ ਉਹ ਪਤਾ ਲੱਗਦਾ ਇਹ ਵੀ ਇਹਦੇ ਕੋਲ ਵਿਗਿਆਨ ਦੇ ਸਾਧਨ ਨੇ ਇਨਿਤ ਪੈਸਾ ਖਰਚ ਕੇ ਸਾਰੇ ਸਾਧਨ ਖਰੀਦ ਲੈ ਹੁਣ ਕਿਵੇਂ ਪਤਾ ਲੱਗੇ ਵੀ ਬੰਦਾ ਧਰਮੀ ਹੈ ਉਹ ਪਤਾ ਲੱਗੇਗਾ ਤੁਸੀਂ ਸ਼ਾਂਤ ਕਿੰਨਾ ਹੋ ਉਹ ਪਤਾ ਲੱਗੇਗਾ ਤੁਸੀਂ ਅੰਦਰੋਂ ਖੁਸ਼ਹਾਲ ਕਿੰਨਾ ਹੋ ਉਹ ਪਤਾ ਲੱਗੇਗਾ ਤੁਸੀਂ ਅੰਦਰੋਂ ਸਕੂਨ ਵਿੱਚ ਕਿੰਨੇ ਹੋ ਤੁਸੀਂ ਅੰਦਰੋਂ ਬਿਲਕੁਲ ਸ਼ਾਂਤੀ ਦੇ ਵਿੱਚ ਰਹਿੰਦੇ ਆ ਕਿੰਨਾ ਕੁ ਰਹਿੰਦੇ ਆ ਜੈਲਸੀ ਨਹੀਂ ਕਰਦੇ ਨਿੰਦਾ ਨਹੀਂ ਕਰਦੇ ਬਖੀਲੇ ਨਹੀਂ ਕਰਦੇ ਕੰਮ ਦਾ ਵੇਗ ਸੀਮਾ ਦੇ ਅੰਦਰ ਹੈ ਕ੍ਰੋਧ ਦਾ ਵੇਗ ਸੀਮਾ ਦੇ ਅੰਦਰ ਹੈ ਹੰਕਾਰੀ ਨਹੀਂ ਹੋ ਉਹ ਬੰਦੇ ਨੂੰ ਬੰਦਾ ਸਮਝਦੇ ਹੋ ਇਸ ਸਾਰੀਆਂ ਗੱਲਾਂ ਦੱਸਣ ਗਿਆ ਕਿ ਤੂੰ ਵਾਕਈ ਇਨਸਾਨ ਹੈ ਤੂੰ ਵਾਕਈ ਅੰਦਰੋਂ ਧਰਮੀ ਹੈ ਔਰ ਮੈਂ ਦੁਬਾਰਾ ਇਹ ਗੱਲ ਕਹਿ ਰਿਹਾ ਧਰਮ ਕਿਸੇ ਜਾਤ ਦੇ ਨਾਲ ਮਜ਼ਬ ਦੇ ਨਾਲ ਕੌਮ ਦੇ ਨਾਲ ਦੂਜੇ ਦੇ ਨਾਲ ਤੀਜੇ ਦੇ ਨਾਲ ਸਬੰਧ ਨਹੀਂ ਰੱਖਦਾ ਧਰਮ ਇਹ ਗੁਣਾਂ ਦਾ ਨਾਮ ਤੇ ਜਿਹੜੇ ਗੁਣ ਨੇ ਉਹ ਤੁਹਾਡੇ ਅੰਦਰ ਜਦੋਂ ਹੁੰਦੇ ਨੇ ਉਹ ਗੁਣ ਕਿਸੇ ਦੇ ਅੰਦਰ ਹੋਣ ਉਹ ਗੁਣ ਤੁਹਾਨੂੰ ਸ਼ਾਂਤੀ ਦਿੰਦੇ ਨੇ ਉਹ ਕਿਸੇ ਦੇ ਵੀ ਅੰਦਰ ਹੋਣ ਉਹ ਗੁਣ ਤੁਹਾਨੂੰ ਅੰਦਰੋਂ ਠੰਡ ਦਿੰਦੇ ਨੇ ਤੁਸੀਂ ਰੇਗਿਸਤਾਨ ਦੇ ਅੰਦਰ ਬਹਿ ਕੇ ਵੀ ਖੁਸ਼ ਹੋ ਤੇ ਕਈ ਏਸੀ ਦੇ ਅੰਦਰ ਬਹਿ ਕੇ ਵੀ ਖੁਸ਼ ਨਹੀਂ ਉੱਥੇ ਵੀ ਤਪਦੇ ਨਜ਼ਰ ਪੈਂਦੇ ਨੇ ਕਈ ਨਰਕ ਵਰਗੇ ਥਾਂ ਤੇ ਰਹਿ ਕੇ ਵੀ ਹੱਸਦੇ ਨਜ਼ਰ ਪੈਂਦੇ ਨੇ ਕਈ ਬਾਰੀ ਤੌਰ ਤੇ ਜਿਨੂੰ ਕਈਏ ਸਵਰਗ ਵਰਗੇ ਥਾਂ ਐ ਉੱਥੇ ਬਹਿ ਕੇ ਵੀ ਰੋਂਦੇ ਕਲਕ ਦੇ ਝੂਰਦੇ ਨਜ਼ਰ ਪੈਂਦੇ ਨੇ ਬਾਰੀ ਵਿਗਿਆਨ ਬੜੀ ਜ਼ਰੂਰੀ ਹੈ ਬਾਰੀ ਵਿਗਿਆਨ ਤੋਂ ਬਿਨਾ ਬਾਰੀ ਤਰੱਕੀ ਰੁਕ ਜਾਏਗੀ ਅੰਦਰ ਦੀ ਵਿਗਿਆਨ ਤਰੰਬੜਾ ਜ਼ਰੂਰੀ ਅੰਦਰ ਦੀ ਵਿਗਿਆਨ ਤੋਂ ਬਿਨਾ ਅੰਦਰ ਦੀ ਤਰੱਕੀ ਰੁਕ ਜਾਈ ਗਈ ਸਾਡੇ ਦੁੱਖ ਦਾ ਕਾਰਨ ਸਾਡੇ ਹੋਕਿਆਂ ਦਾ ਕਾਰਨ ਸਾਡੇ ਝੋਰੀਆਂ ਦਾ ਕਾਰਨ ਸਾਡੀ ਗਮਗੀਨਤਾ ਦਾ ਕਾਰਨ ਉਹ ਇਹ ਵੀ ਸਾਡੀ ਅੰਦਰੋਂ ਤਰੱਕੀ ਰੁਕੀ ਅੰਦਰੋਂ ਅਸੀਂ ਉੱਥੇ ਹੀ ਖੜੇ ਹਾਂ ਬਾਹਰੋਂ ਅਸੀਂ ਐਡਵਾਂਸ ਬਣ ਗਏ ਹਾਂ ਅੰਦਰੋਂ ਅਸੀਂ ਉੱਥੇ ਹੀ ਖੜੇ ਹਾਂ ਅੰਦਰੋਂ ਅਸੀਂ ਅੱਜ ਵੀ 10ਵੀਂ 12ਵੀਂ ਸਦੀ ਦੇ ਅੰਦਰ ਖੜੇ ਹਾਂ ਤੇ ਬਾਹਰੋਂ ਵੇਖੋ ਤੇ ਸਾਨੂੰ ਲੱਗਦਾ ਹੈ ਵੀ ਅਸੀਂ 2-4 ਸਦੀਆਂ ਐਡਵਾਂਸ ਖਲੋਤੇ ਤੋ ਖੈਰ ਆਪਣੇ ਆਪ ਨੂੰ ਬਾਹਰੋਂ ਵੀ ਪਰਫੁੱਲਿਤ ਕਰੋ ਆਪਣੇ ਆਪ ਨੂੰ ਅੰਦਰੋਂ ਵੀ ਪਰਫੁੱਲਿਤ ਕਰੋ ਤਾਂ ਕਿ ਸਾਡੀ ਲਾਈਫ ਇੱਕ ਚੰਗੀ ਲਾਈਫ ਬਣ ਕੇ ਲੋਕਾਂ ਦੇ ਸਾਹਮਣੇ ਮੀਲ ਪੱਥਰ ਦਾ ਕੰਮ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ